بيالي طبعا بدا وجا كنت رمان غير بري دا شو ما ਕੀ ਹੋਇਆ ਕੀ ਸੀਗਾ ਇਹ ਗੱਲਬਾਤ ਕੀ ਭਾਈ ਇਹਨਾਂ ਇਹਦਾ ਮੁੰਡਾ ਹੈ ਨਾ ਉਹ ਹਾਂ ਤੇ ਇਹਦੇ ਇਹਨਾਂ ਕੋਲ ਸੀਗਾ ਉਹ ਕੱਲ ਮੇਰੇ ਕੋਲ ਆਉਂਦਾ ਸੀ ਉਹ 2 ਦਿਨ ਤੇ ਰੂਪੀਦਰ 2 ਦਿਨ ਤੇ ਲੜਦੇ ਪਏ ਸੀ ਉਹਦੇ ਮੁੰਡੇ ਨਾਲ ਕੱਲੇ ਨਾਲ ਤੇ ਆਪਣੇ ਡੈਡੀ ਨੂੰ ਫੋਨ ਕੀਤਾ ਇਹਨਾਂ ਨੇ ਇਹਨਾਂ ਉਹਨਾਂ ਕਹ ਮੇਰੀ ਜਨਾਨੀ ਉਹਨਾਂ ਨੇ ਬਿਠਾ ਲਈ ਬੱਚੇ ਮੇਰੇ ਖੋਲੇ ਗਏ ਫਿਰ ਦਿੰਦੇ ਨਹੀਂ ਪਏ ਇਸ ਕਰਕੇ ਇਹ ਆਏ ਮੰਡੀ ਤੇ ਉਧਰ ਤੇ ਜਾਹੂ ਤੇ ਅੱਗੇ ਤੇ ਜੀ ਫਿਰ ਇੱਥੇ ਆ ਕੇ ਪਤਾ ਲੱਗਿਆ ਕਿ ਤੁਹਾਡਾ ਮੁੰਡਾ ਛਾਲ ਮਾਰ ਗਿਆ ਤੁਹਾਨੂੰ ਕੀ ਲੱਗਦਾ ਹੈ ਤੁਹਾਨੂੰ ਕੀ ਲੱਗਦਾ ਨਹਿਰੀ ਛਾਲ ਨਹਾਉਂਦੇ ਮਰਿਆ ਜਾਂ ਕਿੱਦਾਂ ਨਹੀਂ ਨਾ ਨਾ ਧੱਕਾ ਮਾਰਿਆ ਤਾਂ ਉਹਨਾਂ ਨੂੰ ਇੰਨਾ ਸਮਝਦਾਰ ਮੁੰਡਾ ਹੈ ਕ੍ਰਿਸ਼ਨ ਛਾਲ ਨਹੀਂ ਮਾਰ ਸਕਦਾ ਇਹਨਾਂ ਨੇ ਧੱਕਾ ਕਿਹਨੇ ਮਾਰਿਆ ਇਹ ਤੇ ਸਾਲੇ ਹੈਗੇ ਇੱਕ ਇਹ ਇੱਕ ਦੋ ਇੱਕ ਹੋਰ ਹੈਗਾ ਇਹਦੇ ਤਿੰਨ ਸਾਲੇ ਆ ਉਹਦੇ ਇਹ ਸੋਰਾ ਹੈ ਉਹਦਾ ਅੱਛਾ ਇਹਨਾਂ ਨੇ ਧੱਕਾ ਮਾਰਿਆ ਉਹਨੂੰ ਇਦਾਂ ਥੋੜੀ ਮਰ ਸਕਦਾ ਮੁੰਡਾ ਅੱਜਾ ਥੋੜੀ ਮਰ ਸਕਦਾ ਬਾਬੂ ਜੀ ਇੱਕ ਇਤਲਾਹ ਮਿਲੀ ਸੀ ਕਿ ਇਹ ਪ੍ਰਵਾਸੀ ਪਰਿਵਾਰ ਆ ਜਿਨ੍ਹਾਂ ਦਾ ਕੋਈ 20 ਤੋਂ 25 ਸਾਲ ਦੀ ਉਮਰ ਦਾ ਲੜਕਾ ਵਾ ਉਹ ਜਿਹੜਾ ਨਹਿਰ ਦੇ ਵਿੱਚ ਨਹਾ ਰਿਹਾ ਸੀ ਨਹਾਉਂਦੇ ਨਹਾਉਂਦੇ ਸਾਈਫਨ ਦੇ ਵਿੱਚ ਥੱਲੇ ਫਸਲ ਕਰਕੇ ਉਹ ਨੀਚੇ ਹੀ ਰਹਿ ਗਿਆ ਜਿਸ ਦੀ ਤਲਾਸ਼ ਵਾਸਤੇ ਨਹਿਰ ਦਾ ਪਾਣੀ ਬੰਦ ਕਰਾਇਆ ਗਿਆ ਤਲਾਸ਼ ਕੀਤੀ ਜਾ ਰਹੀ ਇਹ ਸਰ ਕਦੋਂ ਤੱਕ ਕਿੰਨੀ ਦੇਰ ਤੱਕ ਨਿਕਲ ਜਾਏਗਾ ਸੰਭਾਵਨਾ ਹੈਗੀ ਹੈ ਨਹਿਰੀ ਭਾਵ ਗੱਲ ਨੇ ਗੱਲ ਕੀਤੀ ਹੈ 2-3 ਘੰਟੇ ਤੱਕ ਪਾਣੀ ਉਤਰ ਜਾਏਗਾ ਪਾਣੀ ਉਤਰ ਵੀ ਰਿਹਾ ਉਸ ਤੋਂ ਬਾਅਦ ਤਲਾਸ਼ ਕਰੇਗੀ ਜੀ ਧੰਨਵਾਦ ਸਰ